ਲੋ ਜੀ ਤੁਹਾਨੂੰ ਖਾਵਾਂਗੇ ਜੀ ਆਪਾਂ ਕਰੇਟਾ ਗੱਡੀ। ਪਹਿਲਾਂ ਹੀ ਤੁਹਾਨੂੰ ਨੰਬਰ ਤੁਹਾਡਾ PV23AA00 BIP ਨੰਬਰ, ਅਤੇ ਸਵਾਗਤ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ। ਅਤੇ ਤੁਹਾਨੂੰ ਦਿਖਾਉਣ ਜਾਣਾ ਆਪਣਾ ਕਰੇਟਾ, ਵਾਈਟ ਕਲਰ ਦੀ ਬਾਈਕ ਵੇਚਣ ਵਾਸਤੇ ਸੇਲ 'ਤੇ ਖੜ੍ਹੀ ਆ। ਅਤੇ ਪਹਿਲਾਂ ਦੇਖਦੇ ਹਾਂ ਕੀਲੈਸ ਐਂਟਰੀ, ਪਹਿਲਾਂ ਚਾਬੀ ਦੇਖੋ ਗੱਡੀ ਦੀ, ਅਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਆਪਾਂ ਦਿਖਾਉਣਾ ਸਾਰਾ ਰੌਂਡ ਦੇਖੋ ਗੱਡੀ ਦਾ, ਵਾਈਟ ਕਲਰ ਦੇ ਵਿੱਚ ਆ। ਅਲਾਈ ਵਗੈਰਾ ਕੰਪਨੀ ਦੇ ਪਾਏ ਹੋਏ ਨੇ, ਮਗਰ ਸਪੋਇਲਰ ਲੱਗਾ ਹੋਇਆ, ਅਤੇ ਮਗਰ ਸਾਡੇ ਵਾਈਪਰ ਵਗੈਰਾ ਸਾਰਾ ਕੁਝ ਓਕੇ ਆ। ਸਰਕਾਰੀ ਨੰਬਰ ਪਲੇਟ, ਅਤੇ ਉਸ ਤੋਂ ਬਾਅਦ ਗੱਲਬਾਤ ਕਰੀਏ ਤਾਂ ਡਿੱਗੀ ਗੇਟ ਦੇਖੋ ਗੱਡੀ, ਡਿੱਗੀ ਬਹੁਤ ਵਧੀਆ ਗੱਡੀ ਦੀ, ਜਾਣੀ ਕਿ 2-3 ਬੈਗ 3 ਬੈਗ ਗੱਡੀ ਦੇ ਬਹੁਤ ਵਧੀਆ ਵਿੱਚ ਚੱਕ ਜਾਂਦੇ ਆ। ਕਿਸੇ ਟੂਰ ਐਂਡ ਟਰੈਵਲ 'ਤੇ ਲੈ ਕੇ ਜਾਣੀ ਹੋਵੇ ਤਾਂ ਵੀ ਘਰੇਲੂ ਗੱਡੀ ਰੱਖਣ ਵਾਸਤੇ ਬਹੁਤ ਵਧੀਆ ਗੱਡੀ ਆ। ਅਤੇ ਉਸ ਤੋਂ ਬਾਅਦ ਆ ਜਾਓ ਆਪਾਂ ਅੱਗੇ ਚੱਲਦੇ ਹਾਂ, ਇਹਦੀ ਸਾਈਡ ਦੀ ਰੌਂਡ, ਅਤੇ ਇੰਡੀਕੇਟਰ ਲੱਗੇ ਹੋਏ ਇਹਨਾਂ 'ਤੇ ਉੱਪਰ ਸ਼ੀਸ਼ੇ ਦੇ ਉੱਪਰ। ਉਸ ਤੋਂ ਬਾਅਦ ਆ ਜਾਓ ਆਪਾਂ ਵਿੱਚ ਚੱਲਦੇ ਹਾਂ ਗੱਡੀ ਦਾ, ਇੱਕ ਵਿੱਚ ਬਹਿੰਦੇ ਚੱਲ ਕੇ ਦਿਖਾਉਂਦੇ ਵਿੱਚੋਂ। ਵਿੰਡੋ ਪਾਵਰ ਬਾਰੀ ਦੇ ਵਿੱਚ ਖੁੱਲ੍ਹ ਸਾਰੀ, ਵਿੰਡੋ ਪਾਵਰ ਲੋਕ ਅਨਲੋਕ, ਸ਼ੀਸ਼ਿਆਂ ਦੀ ਅਡਜਸਟਮੈਂਟ, ਅਤੇ ਜਿਹੜੇ ਸ਼ੀਸ਼ਿਆਂ ਦਾ ਜਿਹੜਾ ਆਪਾਂ ਲੋਕ ਲਾਉਣੇ, ਸ਼ੀਸ਼ਾ ਲੋਕ ਲੱਗਿਆ ਹੁੰਦਾ, ਗੱਤੇ ਵਗੈਰਾ ਸਾਰੇ ਨੀਟ ਐਂਡ ਕਲੀਨ ਨੇ। ਉਸ ਤੋਂ ਬਾਅਦ ਆ ਜਾਓ ਆਪਾਂ ਅੰਦਰ ਚੱਲਦੇ ਗੱਡੀ ਦੇ ਵਿੱਚ ਬੈਠਦੇ ਹਾਂ। ਉਸ ਤੋਂ ਬਾਅਦ ਗੱਲਬਾਤ ਕਰੀਏ ਜੇ ਸਟੇਅਰਿੰਗ ਦੀ, ਸਟੇਅਰਿੰਗ ਗੱਡੀ ਦਾ ਦੇਖੋ ਕਿੰਨਾ ਵਧੀਆ, ਕੀਲੈਸ ਐਂਟਰੀ ਆ, ਅਤੇ ਸਟੇਅਰਿੰਗ ਦੇ ਉੱਤੇ ਬਟਨ, ਫੋਨ ਚੱਕਣ ਵਾਲਾ, ਫੋਨ ਛੱਡਣ ਵਾਲਾ, ਕਰਨ ਵਾਲਾ ਫੋਨ ਕੱਟਣ ਨੂੰ, ਫਿਰ ਉਸ ਤੋਂ ਬਾਅਦ ਆਵਾਜ਼ ਦੀ ਵੱਧ ਘੱਟ, ਆਵਾਜ਼ ਵੱਧ ਘੱਟ ਕਰਨ ਲਈ, ਫਿਰ ਉਸ ਤੋਂ ਬਾਅਦ ਵਿੱਚ ਜਿਹੜੇ ਗਾਣਿਆਂ ਦੀ ਸੌਂਗ ਦੀ ਜੋ ਕੋਈ ਆਪਾਂ ਅਡਜਸਟਮੈਂਟ ਕਰਨੀ ਆ ਉਹਦੀ, ਕਰੂਜ਼ ਬਟਨ, ਫਿਰ ਪਾਵਰ ਸਟੇਅਰ, ਫਿਰ ਉਸ ਤੋਂ ਬਾਅਦ ਸਟੇਅਰਿੰਗ ਆ ਜਿਹੜਾ ਉੱਚਾ ਨੀਵਾਂ ਹੁੰਦਾ, ਟੈਲੀਸਕੋਪ ਨਹੀਂ ਹੈਗਾ ਉਹਦੇ ਵਿੱਚ। ਅਤੇ ਉਸ ਤੋਂ ਬਾਅਦ ਆ ਜਾਂਦਾ ਜੀ ਇੰਟੀਰੀਅਰ, ਦੇਖੋ AC, ਕਲਾਈਮੇਟ ਕੰਟਰੋਲ AC, ਅਤੇ ਸਕਰੀਨ ਸਾਰੀ ਟੱਚ, ਨੈਵੀਗੇਸ਼ਨ ਵਗੈਰਾ ਸਾਰਾ ਮੈਪ ਵਗੈਰਾ ਵਿੱਚ ਲੱਗਿਆ ਹੋਇਆ, ਰੇਡੀਓ ਵੀ ਚੱਲਦਾ ਫੋਨ ਦੇ ਵਿੱਚ, ਪਰ ਜਿਹੜੇ ਟਰੈਕਿੰਗ ਹੁੰਦੀ ਆ, ਫਿਰ ਉਸ ਤੋਂ ਬਾਅਦ ਜਿਹੜੇ ਬਟਨ ਸੈਟਅਪ ਸੈਟਿੰਗ ਵਾਲੇ, ਟਰੈਕ ਵਾਲੇ, ਮੀਡੀਆ ਅਤੇ ਨੈਵੀਗੇਸ਼ਨ, ਅਤੇ ਬਾਅਦ ਤੋਂ ਔਨ ਆਫ ਹੋ ਜਾਂਦੀ ਆ। ਫਿਰ ਉਸ ਤੋਂ ਬਾਅਦ 'ਚ ਆ ਜਾਂਦਾ ਜੀ ਡੈਸ਼ਬੋਰਡ, ਦੇਖੋ ਕਿੰਨਾ ਵਧੀਆ ਨੀਟ ਐਂਡ ਕਲੀਨ ਦੇ ਵਿੱਚ, ਬਲੈਕ ਐਂਡ ਕਰੋਮ ਕਲਰ, ਵਾਈਟ ਕਲੋਨ, ਅਤੇ ਲੈਦਰ ਦੀ ਫਿਨਿਸ਼ਿੰਗ ਕੀਤੀ ਹੋਈ ਆ। ਅਤੇ ਉਸ ਤੋਂ ਬਾਅਦ 'ਚ AC ਬਿੰਡਸ ਦੇਖੋ ਕਿੰਨੇ ਵਧੀਆ ਨੇ, ਫਿਰ ਉਹਦੇ 'ਚ ਕੈਮਰਾ। ਅਤੇ ਉਸ ਤੋਂ ਬਾਅਦ ਗੱਲਬਾਤ ਕਰੀਏ ਜੇ ਗੇਅਰਾਂ ਦੀ ਤਾਂ 6 ਸਪੀਡ ਗੇਅਰ, ਉਸ ਤੋਂ ਬਾਅਦ ਰਿਵਰਸ ਗੇਅਰ ਅਲੱਗ, ਅਤੇ ਉਸ ਤੋਂ ਬਾਅਦ ਹੈਂਡ ਬ੍ਰੇਕਾਂ ਦੇ ਰੈਸਟ ਆਰਮ ਆ ਜਾਂਦਾ, ਇੱਥੇ ਬਾਂਹ ਇੱਦਾਂ ਤੱਕ ਰੱਖ ਸਕਦੇ ਹਾਂ। ਅਤੇ ਜਿਹੜੇ ਲੈਦਰ ਦੇ ਪਾਏ ਹੋਏ ਨੇ ਸੀਟ ਕਵਰ ਵਗੈਰਾ, ਬਲੈਕ ਐਂਡ ਕਰੀਮ, ਜਿਹੜੀ ਫਿਰ ਫਿਨਿਸ਼ਿੰਗ ਆ, ਸਨ ਰੂਫ ਇਹਦੇ ਵਿੱਚ ਲੱਗਾ ਹੈ, ਪੈਰਾ ਰੂਮਿੰਗ ਸਨ ਰੂਫ, ਪੈਰਾਂ ਦਾ ਬਟਨ ਵਗੈਰਾ ਲੱਗੇ ਹੋਏ ਨੇ, ਇੱਥੋਂ ਜਿਹੜਾ ਬੰਦ ਹੋ ਜਾਣਾ, ਹੁਣ ਆਪਾਂ ਬੰਦ ਕਰਦੇ ਹਾਂ, ਦੇਖੋ ਤਾਂ ਬੰਦ ਹੋ ਗਿਆ ਸਨ ਰੂਫ। ਇਹ ਫੋਨ 'ਤੇ ਵੀ ਟੈਚ ਹੁੰਦੀ ਨਾ, ਇਹ ਹੈ ਨਾ, ਫੋਨ 'ਤੇ ਵੀ ਚੱਲਦੀ ਹੈ ਨਾ। ਇਹ ਚੱਲੀ ਕਿੰਨੀ ਆ?
14,600 km ਚੱਲੀ ਹੋਈ ਆ ਜੀ। ਤੇ ਆਓ ਆਪਾਂ ਪਿੱਛੇ ਬਹਿ ਕੇ ਗੱਲਬਾਤ ਕਰਦੇ ਹਾਂ, ਬਾਕੀ 12,000 ਰਿਕਾਰਡ ਹੈਗਾ, ਪਿੱਛੇ ਚੱਲਦੇ ਹਾਂ। ਇਹਦੇ ਰੇਨ ਗਾਰਡ ਵਗੈਰਾ ਸਾਰੇ ਲੱਗੇ ਹੋਏ ਉੱਪਰ ਬਾਰੀਆਂ ਦੇ ਉੱਪਰ, ਮਗਰ ਬਹਿ ਕੇ ਦੇਖਦੇ ਹਾਂ, ਮਗਰ ਚੱਲਦੇ ਹਾਂ। ਬਾਕੀ ਆਪਾਂ ਮਾਲਕ ਨਾਲ ਗੱਲਬਾਤ ਸਾਰੀ ਵੀਰ ਨਾਲ ਕਰਦੇ ਹਾਂ ਬਾਅਦ 'ਚ, ਕਿੰਨਾ ਮਾਡਲ ਹੈ ਅਤੇ ਕੀ ਇਹਨਾਂ ਡਿਮਾਂਡ ਵਗੈਰਾ। ਅਤੇ ਨਾਲ ਹੀ ਬੈਕ ਸਾਈਡ 'ਤੇ ਦੇਖਦੇ ਹਾਂ ਆਪਾਂ, ਦੇਖੋ ਇੱਦਾਂ ਕੰਪਨੀ ਇੰਨੀ ਉਹ ਸਨਸੈਟ ਲੱਗੀ ਹੁੰਦੀ ਆ, ਜਿਵੇਂ ਵੀ ਧੁੱਪ ਨਹੀਂ ਅੰਦਰ ਆਉਂਦੀ, ਜੇ ਜਾਂ ਕੂਲਿੰਗ ਵਗੈਰਾ ਜ਼ਿਆਦਾ ਵੱਧ ਜਾਂਦੀ ਆ, ਉਹ ਸਾਰੀ ਵਿੱਚ ਕੰਪਨੀ ਫਿੱਟਡ ਆ ਇਹ। ਅਤੇ ਉਸ ਤੋਂ ਬਾਅਦ ਵਿੱਚ ਲੈਗ ਸਪੇਸ ਦੇਖੋ, ਲੈਗ ਸਪੇਸ ਇਹਦੇ 'ਚ ਬਹੁਤ ਜ਼ਿਆਦਾ, ਇਹਦੇ ਵਿੱਚ ਸੀਟ ਜਾਣੀ ਕਿ ਮੇਰੇ ਹਿਸਾਬ ਨਾਲ ਬਹੁਤ ਸੀਟ ਪਿੱਛੇ ਕੀਤੀ ਮੇਰੇ ਹਿਸਾਬ ਨਾਲ ਵਿੱਚ ਬੈਠ ਕੇ ਆ ਗਏ, ਅਤੇ ਜਾਣੀ ਕਿ ਲੈਗ ਸਪੇਸ ਬਹੁਤ ਜ਼ਿਆਦਾ। ਫਿਰ ਉਸ ਵਿੱਚ ਮਗਰ ਸਾਈਡ ਇਹਦੇ USB ਟਾਈਪ ਦੇ ਵਿੱਚ ਚਾਰਜਰ, ਫਿਰ ਉਸ ਤੋਂ ਬਾਅਦ AC ਬੈਂਡਸ ਇੱਥੇ ਮਗਰ ਸਾਈਡ, ਸਨਰੂਫ ਦੇਖੋ ਕਿੱਡਾ ਵੱਡਾ ਯਾਰ, ਸਨਰੂਫ ਦਾ ਸਿਰਾ ਹੀ ਲੱਗਿਆ ਪਿਆ ਵਾ। ਫਿਰ ਉਸ ਤੋਂ ਬਾਅਦ 'ਚ ਇੱਧਰਲੀ ਸਾਈਡ ਵੀ ਉੱਦਾਂ ਹੀ। ਅਤੇ ਬਾਈ ਹੁਣੇ ਕਹਿੰਦੇ ਵੀ ਸਾਰਾ ਕੰਪਨੀ ਰਿਕਾਰਡ 12,000 ਚੱਲੀ ਹੋਈ ਹੈ, ਅਤੇ ਹੁਣ ਮੀਟਰ ਦੇ ਹਿਸਾਬ ਨਾਲ 14,000 ਚੱਲੀ ਹੋਈ ਹੈ, ਜਾਣੀ ਕਿ 2,000 ਉੱਪਰ ਚੱਲ ਗਈ। ਅਤੇ ਸਰਵਿਸ ਵਗੈਰਾ ਬਾਈ ਹੁਣਾਂ ਨੇ ਕਰਾਈ ਹੋਣੀ ਆ, ਅਤੇ ਬਾਕੀ ਦੀ ਜਿਹੜੀ ਸਰ ਜਿਹੜੀ ਫੁੱਲ ਟੇਲ ਉਹ ਆਪਾਂ ਜਾ ਕੇ ਆਪਾਂ ਗੱਲਬਾਤ ਕਰਦੇ ਹਾਂ। ਬਲੈਕ ਅਤੇ ਵਾਈਟ ਕਲੋਨ ਅਤੇ ਲਿਫਾਫੇ ਵਗੈਰਾ ਹਲੇ ਵੀ ਉੱਪਰ ਚੜ੍ਹੇ ਹੋਏ ਨੇ, ਅਤੇ ਆ ਜਾਓ ਬਾਈ ਹੁਣ ਬਾਕੀ ਆਪਾਂ ਗੱਲਬਾਤ ਕਰਦੇ ਹਾਂ। ਸਭ ਤੋਂ ਵੱਡੀ ਗੱਲ ਤਾਂ ਇਹ ਵੀ ਇਹਦੇ ਵਿੱਚ ਸਨਰੂਫ ਅਤੇ ਕੀਲੈਸ ਐਂਟਰੀ ਅਤੇ ਆ ਦੇਖੋ ਇੰਜਣ ਬਿਲਕੁਲ ਨੀਟ ਐਂਡ ਕਲੀਨ ਪਿਆ ਵਾ, ਇੰਜਣ ਬਿਲਕੁਲ ਨੀਟ ਐਂਡ ਕਲੀਨ, ਕਿਸੇ ਪਾਸੇ ਵੀ ਕੋਈ ਰੰਗ ਨਹੀਂ ਜਾਂ ਕੁਛ ਹੋਰ ਕੋਈ ਤੇਲ ਦੀ ਲੀਕੇਜ ਵਗੈਰਾ ਕੁਛ ਨਹੀਂ ਹੈਗਾ। 12,000 ਕਿਲੋਮੀਟਰ ਦੀ ਬਾਈ ਹੁਣੇ ਕਹਿੰਦੇ ਵੀ ਸਰ ਰਿਕਾਰਡਿੰਗ ਆ, ਅਤੇ 2,000 ਕਿਲੋਮੀਟਰ ਉੱਪਰ ਚੱਲ ਚੁੱਕੀ ਆ ਉਸ ਤੋਂ ਬਾਅਦ ਵਿੱਚ। ਅਤੇ ਦੇਖੋ ਗੱਡੀ ਦਾ ਜਿਹੜਾ ਉਸ ਮੋਡਲ ਵਗੈਰਾ ਸਾਰਾ ਕੁਝ ਰਿੰਡਲ ਆ। ਅਤੇ ਬਾਈ ਵੀਰੇ ਮੋਡਲ ਕਹਿੰਦਾ ਵੀਰੇ ਆਪਣੀ ਗੱਡੀ ਦਾ 2022 ਮੋਡਲ ਆ, 2022 ਮੋਡਲ ਫਸਟ ਓਨਰ ਆ, 11 ਮਹੀਨੇ ਦੀ, 11 ਮਹੀਨੇ ਦੀ ਆ। ਕੀ ਆਪਣੀ ਵੀਰੇ ਡਿਮਾਂਡ ਕੀ ਆ? 16.5 ਲੱਖ ਰੁਪਏ ਆਪਣੀ ਡਿਮਾਂਡ ਆ। 16,00,000 ਦੀ ਦੇ ਦਾਂਗੇ। ਹਾਂ ਚਲੋ ਵਾਧਾ ਘੱਟ ਚਲੋ ਮਾੜਾ ਮੋਟਾ ਹੋ ਜਾਂਦਾ, 16,50,000 ਰੁਪਏ ਆਪਣੀ ਡਿਮਾਂਡ ਆ। ਕੀ ਆਪਣਾ ਆਪਣੀ ਲੋਕੇਸ਼ਨ ਕੀ ਹੈ, ਕਿੱਥੇ ਗੱਡੀ ਕਿੱਥੇ ਖੜੀ ਆ ਇਸ ਟਾਈਮ ਆਪਣੀ? ਹੁਣ ਇਹ ਜਗਰਾਉਣਾ ਬਣਾ, ਜਗਰਾਉਣਾ ਦੇ ਵਿੱਚ ਖੜੀ ਆ। ਅਤੇ ਇਹ ਪਿੰਡ ਹੈ ਬੱਗੂਰੇ ਕੋਠੇ ਵੱਜਦਾ ਨਾ, ਇਹ ਬੱਗੂਰੇ ਕੋਠੇ ਪਿੰਡ ਵੱਜਦਾ। ਇੱਥੇ ਸਾਡੇ ਜੀ ਕੋਲੇ ਲੋਕੇਸ਼ਨ ਦੇ ਆਪਾਂ ਸੌਖਾ ਦੱਸ ਦਈਏ ਤਾਂ ਪਰਦੇਸੀਆ ਢਾਬਾ, ਅਤੇ ਜਿਹੜਾ ਆਪਣਾ ਬਹੁਤ ਹੀ ਜ਼ਿਆਦਾ ਮਸ਼ਹੂਰ ਆ ਜੀ ਗੁਰੂ ਘਰ ਨਾਨਕਸਰ ਕਲੇਰਾਂ, ਬਾਬਾ ਆਨੰਦ ਸਿੰਘ ਜੀ, ਬਾਬਾ ਈਸ਼ਵਰ ਸਿੰਘ ਜੀ ਦਾ, ਉਹਨਾਂ ਦੇ ਦੋਨਾਂ ਦੇ ਵਿਚਾਲੇ ਆ ਜਾਂਦਾ ਨਾਨਕਸਰ ਦੀ ਅਤੇ ਜਗਰਾਮਾ ਦੀ ਸਾਈਡ ਦੇ ਵਿਚਾਲੇ ਆਏ ਪਿੰਡ ਬੱਗੂਰੇ ਕੋਠੇ, ਉੱਥੇ ਖੜਾ ਗੱਡੀ ਖੜੀ ਆ। ਅਤੇ ਬਾਕੀ ਗੱਲ ਇਹ ਨੰਬਰ VIP ਆ, 00-0073 ਨੰਬਰ ਆ, ਸਰਕਾਰੀ ਨੰਬਰ ਪਲੇਟ ਲੱਗੀ ਹੋਈ ਆ। ਬਾਈ ਉਹਨਾਂ ਦੱਸ ਦਿੱਤਾ ਵੀ 16,50,000 ਰੁਪਏ ਆਪਣੀ ਡਿਮਾਂਡ ਆ, ਅਤੇ ਮਾਡਲ ਹੈਗਾ ਬਾਈ ਆਪਣਾ 22 ਹੈ ਨਾ, 2022 11 ਮਹੀਨੇ ਦੀ ਹੈਗੀ ਆ ਇਹ। ਅਤੇ ਜੇ ਕਿਸੇ ਵੀਰ ਨੇ ਗੱਡੀ ਲੈਣੀ ਹੋਵੇ ਤਾਂ ਬਾਈ ਉਹਨਾਂ ਦਾ ਕੰਟੈਕਟ ਕਰ ਸਕਦਾ। ਮੋਬਾਇਲ ਨੰਬਰ ਬਾਈ ਤਾਂ ਆਪਾਂ ਪੁੱਛਦੇ ਹਾਂ ਬਾਈ, ਮੋਬਾਇਲ ਨੰਬਰ ਕਹਿੰਦਾ ਆਪਣਾ ਮੋਬਾਇਲ ਨੰਬਰ ਹੈਗਾ ਬਾਈ ਹੁਣਾਂ ਦਾ ਜੀ 98-1-43-09-001। ਅਤੇ ਬਾਕੀ ਵੱਡੀ ਗੱਲ ਤਾਂ ਇਹ ਵਿੱਚ ਸਨਰੂਫ ਸਭ ਤੋਂ ਵਧੀਆ ਗੱਲ ਜੀ, ਇਹਦੇ ਵਿੱਚ ਜਿਹੜਾ ਸਨਰੂਫ ਆ ਸਭ ਤੋਂ ਵੱਡਾ ਅਤੇ ਡਬਲ ਆ ਜੀ, ਉਹਨੂੰ ਆਪਾਂ ਡਬਲ ਕਹਿ ਦਿੰਦੇ ਹਾਂ, ਬਹੁਤ ਵਧੀਆ ਸਨਰੂਫ ਆ, ਬੰਦਾ ਜਾਣੀ ਕਿ 4 ਬੰਦੇ ਪੂਰੇ ਵਧੀਆ ਸਨਰੂਫ ਹੀ ਬੜਾ ਵੱਡਾ ਬਾਈ ਵਿੱਚ ਵਧ ਗਿਆ ਡਬਲ ਆਉਣਾ ਇਹਦੇ ਵਿੱਚ ਸਨਰੂਫ ਡਬਲ ਆ ਵੀ ਪਿੱਛੇ ਹਟ ਜਾਣਾ, ਤੁਹਾਨੂੰ ਆਪਾਂ ਵੀਡੀਓ ਵਿੱਚ ਦਿਖਾਈ ਦਿੱਤਾ ਚੱਲਦਾ। ਅਤੇ ਬਾਕੀ ਇਹ ਵੀ ਇੰਟੀਰੀਅਰ ਬੜਾ ਵਧੀਆ ਵਾ, ਅਤੇ ਬਾਕੀ ਇਹਦੇ ਵਿੱਚ ਇਹ ਆ ਵੀ ਇੰਟੀਰੀਅਰ ਦਿਖਾਉਣ ਦੇਖੋ
ਚਾਰਜਰ ਵਗੈਰਾ ਵੀ ਵਿੱਚ ਲੱਗੇ ਹੋਏ ਆ ਤੇ ਵਾਇਤੇ ਮੋਬਾਈਲ ਉੱਪਰ ਰੱਖ ਦੋ ਤਾਂ ਵੀ ਫਿਰ ਚਾਰਜਰ ਜਾਣੀ ਕਿ ਜਿਹਨੂੰ ਆਪਾਂ ਵਾਇਰਲੈਸ ਚਾਰਜਰ ਕਹਿੰਦੇ ਉਹ ਵੀ ਇਹਦੇ ਵਿੱਚ ਆ। ਆਹ ਕੀ ਸਿਸਟਮ ਹੁੰਦਾ ਜਿਹੜਾ ਵਿਊ ਲਿਖਿਆ ਇਹਦਾ ਇਹਦਾ ਕੀ ਮਤਲਬ? ਉਹ ਸ਼ੀਸ਼ੇ ਆ, ਉਹ ਕੈਮਰੇ ਵਾਲਾ ਵਾ ਹਨਾ, ਕੈਮਰਾ ਮਗਲੀ ਸਾਈਡ ਤੇ ਮੂੰਹ ਦੀ ਸਾਈਡ ਦਾ ਕੈਮਰੇ ਸਾਰਾ ਦਿਸੂਗਾ, ਉਹ ਕੈਮਰੇ ਵਾਲਾ ਸਿਸਟਮ ਲੱਗਿਆ ਹੋਇਆ ਇਹਦੇ ਵਿੱਚ। ਤੇ ਬਾਕੀ ਲਾਈਟਾਂ ਵਗੈਰਾ ਜਿਸ ਜੋ ਪੁੱਛੋ ਦੱਸਤਾ ਵੀ ਆਪਾਂ ਪੁਸ਼ ਬਟਨ ਸਟਾਰਟ ਕੀ ਲੈਸ ਐਂਟਰੀ ਤੇ ਵੀਡੀਓ ਬਾਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਤੇ ਜੇ ਕਿਸੇ ਵੀਰ ਨੇ ਕਰੇਟਾ ਗੱਡੀ ਲੈਣੀ ਆ ਤਾਂ 2022 ਮਾਡਲ ਹੈ, ਬਿਲਕੁਲ ਨੀਟ ਐਂਡ ਕਲੀਨ ਦੇ ਵਿੱਚ, ਵਾਈਟ ਕਲਰ ਦੇ ਵਿੱਚ। ਜੇ ਕਿਸੇ ਵੀਰ ਲੈਣੀ ਹੋਵੇ ਤਾਂ ਬੱਗੂ ਦੇ ਕੋਠੇ ਜਗਰਾਓਂ, ਜੋ ਕਿ ਲੁਧਿਆਣਾ ਜ਼ਿਲ੍ਹਾ ਵਿੱਚ ਪਿੰਡ ਪੈਂਦਾ, ਸ਼ਹਿਰ ਪੈਂਦਾ ਵਾ ਜਗਰਾਵਾਂ, ਉੱਥੇ ਗੱਡੀ ਖੜੀ ਆ। ਜੇ ਕਿਸੇ ਵੀਰ ਨੇ ਗੱਡੀ ਲੈਣੀ ਹੋਵੇ ਤਾਂ ਵੀਰ ਉਹਨਾਂ ਦਾ ਕੰਟੈਕਟ ਕਰ ਸਕਦਾ, ਵੀਰ ਉਹਨਾਂ ਦਾ ਮੋਬਾਈਲ ਨੰਬਰ ਦੁਬਾਰਾ ਫੇਰ ਰਿਪੀਟ ਕਰ ਦਈਏ, 9843090001। ਅਤੇ ਵੀਡੀਓ ਬਾਅਦ ਸ਼ੇਅਰ ਕਰ ਦਿਓ ਵੀਰੇ, ਚੈਨਲ ਨੂੰ ਵੀਰੇ ਸਬਸਕ੍ਰਾਈਬ ਕਰ ਲਓ ਜੀ। ਧੰਨਵਾਦ।